ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ ਐਜੂਕੇਸ਼ਨ ਵਿੱਚ ਜਿਹੜਾ ਆਪਣਾ ਐਸ ਦਾ ਸੀਜ਼ਨ 2 ਚੱਲ ਰਿਹਾ ਹੈ ਉਹਦਾ ਅੱਜ 29ਵਾਂ ਦਿਨ ਆ ਗਿਆ ਤੇ ਜੇ ਤੁਸੀਂ ਪੁਰਾਣੇ 28 ਦੇਣਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਉਹ ਵੀ ਦੇਖ ਲਓ ਤੇ ਸੀਜ਼ਨ 1 ਵੀ ਦੇਖ ਲਿਓ ਤੇ ਅੱਜ ਦੇ ਦਿਨ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਉਹ ਤੁਹਾਡੇ ਮਨ 'ਚ ਇੱਕ ਬਹੁਤ ਵੱਡਾ ਜਿਹੜਾ ਸਵਾਲ ਆ ਉਹਦਾ ਹੀ ਜਵਾਬ ਹੈ ਅਸੀਂ ਜਦੋਂ IELTS ਕਰਨ ਲੱਗਦੇ ਆ ਤਾਂ ਇਹ ਅਸੀਂ ਬੜਾ ਸੁਣਦੇ ਆ ਵੀ IELTS ਲਈ ਇੰਗਲਿਸ਼ ਗ੍ਰਾਮਰ ਸਾਡੀ ਵਧੀਆ ਹੋਣੀ ਬਹੁਤ ਜ਼ਰੂਰੀ ਆ ਸਾਨੂੰ ਪਹਿਲਾਂ ਇੰਗਲਿਸ਼ ਗ੍ਰਾਮਰ ਕਰਨੀ ਪਊਗੀ ਫੇਰ ਜਾ ਕੇ ਗੱਲ ਬਣੂਗੀ ਇਹ ਗੱਲ ਉੱਠਦੀ ਆ ਤੇ ਅਸੀਂ ਉਹਨੂੰ ਸੁਣ ਕੇ ਸਾਡੇ ਦਿਮਾਗ 'ਚ ਜਿਹੜੀ ਚੀਜ਼ ਆਉਂਦੀ ਆ ਉਹ ਇਹ ਆ ਵੀ ਠੀਕ ਐ ਗ੍ਰਾਮਰ ਤਾਂ ਕਰਨੀ ਆ ਪਰ ਅਸੀਂ ਕਰੀਏ ਕਿੱਥੋਂ ਕੀ ਕੀ ਕਰੀਏ ਕਿਵੇਂ ਕਿਵੇਂ ਅੱਗੇ ਵਧੀਏ ਉਹ ਸਾਨੂੰ ਸਮਝ ਜੇ ਨਹੀਂ ਆਉਂਦਾ ਅੱਜ ਆਪਾਂ ਉਹ ਸਾਰਾ ਰਾਹ ਬਣਾ ਲੈਣਾ ਤੇ ਜੇ ਸਾਨੂੰ ਲੱਗਦਾ ਵੀ ਇੰਗਲਿਸ਼ ਗ੍ਰਾਮਰ 'ਚ ਸਾਡਾ ਹੱਥ ਜਾ ਤੰਗਾ ਤਾਂ ਇਹ ਬਹੁਤ ਜ਼ਰੂਰੀ ਆ ਪਹਿਲਾਂ ਅਸੀਂ ਇਹ ਕਰਨਾ ਫੇਰ ਜਾ ਕੇ ਆਇਲਸ ਨੂੰ ਹੱਥ ਪਾਉਣਾ ਕਿਉਂਕਿ ਆਇਲਸ 'ਚ ਸਾਨੂੰ ਪਤਾ ਅੰਗਰੇਜ਼ੀ ਦੇ ਟੈਸਟ ਲਿਆ ਜਾਂਦਾ ਤੇ ਉਹਦੇ ਵਾਸਤੇ ਗ੍ਰਾਮਰ ਬਹੁਤ ਜ਼ਰੂਰੀ ਆ ਲਓ ਜੀ ਅੱਜ ਆਪਾਂ ਸ਼ੁਰੂ ਕਰਦੇ ਆਂ ਤੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਹੋਰ ਨਿੱਕੀ ਜਿਹੀ ਬੇਨਤੀ ਹੈ ਤੁਹਾਨੂੰ ਵੀ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਬਹੁਤ ਵਾਰ ਤੁਹਾਡੇ ਮੈਸੇਜ ਆਉਂਦੇ ਨੇ ਵੀ ਸਾਨੂੰ ਵੀਡੀਓ ਦਾ ਪਤਾ ਨਹੀਂ ਲੱਗਿਆ ਨੋਟੀਫਿਕੇਸ਼ਨ ਨਹੀਂ ਆਈ ਜਦੋਂ ਸਬਸਕ੍ਰਾਈਬ ਕਰਿਆ ਹੋਊਗਾ ਨਾ ਫਿਰ ਜਦੋਂ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਤੁਹਾਨੂੰ ਨੋਟੀਫਿਕੇਸ਼ਨ ਆਜੂ ਤੁਹਾਨੂੰ ਪਤਾ ਲੱਗ ਜੂ ਤੇ ਲਓ ਜੀ ਆਪਾਂ ਸ਼ੁਰੂ ਕਰਦੇ ਆਂ ਇੰਗਲਿਸ਼ ਗ੍ਰਾਮਰ ਆ ਗਈ ਹੁਣ ਮੰਨ ਲਓ ਵੀ ਅਸੀਂ ਮੰਨ ਜਾ ਬਣਾ ਲਿਆ ਵੀ ਅਸੀਂ ਇੰਗਲਿਸ਼ ਗ੍ਰਾਮਰ ਤੋਂ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾ ਕੰਮ ਜਿਹੜਾ ਆਪਾਂ ਕਰਨਾ ਉਹ ਆ ਪਾਰਟਸ ਆਫ ਸਪੀਚ ਦੇਖੋ ਸਭ ਤੋਂ ਪਹਿਲਾਂ ਪਾਰਟਸ ਆਫ ਸਪੀਚ ਕਰੋ ਮੇਨ ਪਾਰਟਸ ਆਫ ਸਪੀਚ ਆਪਣੇ ਕੋਲੇ 8 ਨੇ 8 ੇ ਕਰ ਲਓ ਪੂਰੇ ਵਧੀਆ ਚਾਹੇ ਇੱਕ ਦਿਨ ਚ ਦੋ ਕਰ ਲਓ ਜੇ ਤੁਹਾਨੂੰ ਲੱਗਦਾ ਨਹੀਂ ਇੱਕ ਦਿਨ ਚ ਇੱਕ ਕਰੀ ਚੱਲੋ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਹੈ ਸਾਡੇ ਤੇ ਡਿਪੈਂਡ ਹੁੰਦਾ ਕਰ ਲਓ ਇਹਨਾਂ ਦੇ ਵਿੱਚ ਐਡਜੈਕਟਿਵਸ ਐਡਜੈਕਟਿਵਸ ਤੇ ਪੂਰਾ ਧਿਆਨ ਦੇਣਾ ਅੱਗੇ ਉਹਨਾਂ ਦੀ ਡਿਗਰੀ ਹੈਨਾ ਲਓ ਜੀ ਜੋ ਡਿਗਰੀਜ਼ ਆਫ ਕੰਪੈਰੀਜ਼ਨ ਆਨ ਦਾ ਡਿਗਰੀਜ਼ ਆਫ ਐਡਜੈਕਟਿਵਜ਼ ਆਨ ਦਾ ਉਹਨਾਂ ਤੇ ਬਹੁਤ ਧਿਆਨ ਦੇਣਾ ਜਿਵੇਂ ਆਪਾਂ ਕਹਿੰਦੇ ਨੂੰ ਗੁੱਡ ਬੈਟਰ ਬੈਸਟ ਉਹਨਾਂ ਤੇ ਪੂਰਾ ਧਿਆਨ ਦੇਣਾ ਉਹ ਵਧੀਆ ਤਰੀਕੇ ਨਾਲ ਕਰਨੇ ਨੇ ਉਸ ਤੋਂ ਬਾਅਦ ਇੱਕ ਆਪਾਂ ਧਿਆਨ ਦੇਣਾ ਪ੍ਰੈਪੋਜੀਸ਼ਨਸ ਤੇ ਇੱਕ ਕਨਜੰਕਸ਼ਨਸ ਤੇ ਠੀਕ ਹੈ ਜੀ ਇਹ ਤਿੰਨ ਇਹਨਾਂ ਚ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਤੇ ਆਪਾਂ ਪੂਰਾ ਡੂੰਘਾ ਉਤਰ ਕੇ ਪੜਾਈ ਕਰਨੀ ਆ ਪੂਰੇ ਚੰਗੀ ਤਰ੍ਹਾਂ ਸਮਝ ਲੈਣੇ ਨੇ ਇਹਨਾਂ ਦੀ ਵਰਤੋਂ ਸਿੱਖ ਲੈਣੀ ਆ ਠੀਕ ਹੈ ਜੀ ਹੋ ਗਿਆ ਬਾਕੀ ਜਿਹੜੇ 5 ਹੋਰ ਨੇ ਉਹ ਵੀ ਕਰ ਲਿਓ ਸਾਨੂੰ ਪਤਾ ਹੋਣਾ ਚਾਹੀਦਾ ਸਾਨੂੰ ਕਲੀਅਰ ਹੋਣੇ ਚਾਹੀਦੇ ਆ ਪਹਿਲਾ ਸਟੈਪ ਆਪਣਾ ਹੋ ਗਿਆ ਦੂਜਾ ਆ ਗਿਆ ਆਪਣੇ ਕੋਲ ਆਪਾਂ ਕਰਾਂਗੇ ਟੈਂਸਸ ਟੈਂਸਸ ਆਪਣੇ ਕੋਲੇ ਹੁੰਦੇ ਨੇ 12 ਸਾਰੇ ਕਰ ਲਿਓ ਜਿਵੇਂ ਤੁਹਾਨੂੰ ਠੀਕ ਲੱਗੇ ਚਾਹੇ ਇੱਕ ਦਿਨ ਚ ਇੱਕ ਟੈਂਸ ਕਰ ਲਓ ਚਾਹੇ ਇੱਕ ਦਿਨ ਚ ਦੋ ਕਰ ਲਓ ਵਧੀਆ ਤੇ ਇਹੀ ਹੁੰਦਾ ਵੀ ਅਸੀਂ ਇੱਕ ਦਿਨ ਚ ਇੱਕ ਟੈਂਸ ਹੀ ਕਰੀਏ ਫਿਰ ਅਸੀਂ ਸਾਡੀ ਡੇਲੀ ਲਾਈਫ ਚ ਨਿੱਜੀ ਜ਼ਿੰਦਗੀ ਚ ਜਿੰਨੇ ਵੀ ਅਸੀਂ ਵਾਕ ਬੋਲਦੇ ਆ ਸਾਰੇ ਵਾਕ ਉਹ ਟੈਂਸ ਜੀ ਬੋਲੀਏ ਇੱਕ ਟੈਂਸ ਕੀਤਾ ਅੱਜ ਆਪਾਂ ਸਾਰਾ ਦਿਨ ਮੰਨ ਲਓ ਪ੍ਰੈਜ਼ੈਂਟ ਕੰਟੀਨਿਊਸ ਕਰ ਲਿਆ ਆਪਾਂ ਸਾਰਾ ਦਿਨ ਅਜ ਪ੍ਰੈਜ਼ੈਂਟ ਕੰਟੀਨਿਊਸ ਦੀ ਪ੍ਰੈਕਟਿਸ ਕਰਨੀ ਆ ਜੋ ਵੀ ਆਪਾਂ ਵਾਕ ਬੋਲਾਂਗੇ ਉਹਨੂੰ ਪ੍ਰੈਜ਼ੈਂਟ ਕੰਟੀਨਿਊਸ ਜੀ ਬੋਲ ਕੇ ਦੇਖੀਏ ਅੰਗਰੇਜ਼ੀ ਚ ਸਾਡੀ ਪ੍ਰੈਕਟਿਸ ਵਧੀਆ ਹੋ ਅਗਲੇ ਦਿਨ ਦੂਜੇ ਦਿਨ ਅਸੀਂ ਜਿਹੜਾ ਟੈਂਸ ਕਰਿਆ ਉਹ ਤੇ ਨਾਲ ਨਾਲ ਪ੍ਰੈਕਟਿਸ ਕਰਦੇ ਜਾਵਾਂਗੇ ਆਪਣੀ ਡੇਲੀ ਲਾਈਫ ਚੋਂ ਜਿਹੜੇ ਵਾਕ ਆਪਾਂ ਬੋਲਦੇ ਆ ਉਹਨਾਂ ਦੀ ਪ੍ਰੈਕਟਿਸ ਕਰਾਂਗੇ ਕੋਈ ਮਟੀਰੀਅਲ ਕਿਤੇ ਭਾਲਣ ਦੀ ਲੋੜ ਵੀ ਨਹੀਂ ਪੈਣੀ ਆ ਆਪਾਂ ਨੂੰ ਇਹਦੇ ਨਾਲ ਸਪੀਕਿੰਗ 'ਚ ਵੀ ਸਾਡੀ ਹੈਲਪ ਹੋਊਗੀ ਤੇ ਰਾਈਟਿੰਗ ਸਮੇਂ ਵੀ ਸਾਨੂੰ ਹੈਲਪ ਮਿਲਣੀ ਆ ਕਿਉਂਕਿ ਅਸੀਂ ਟਰਾਂਸਲੇਟ ਵੀ ਕਰ ਰਹੇ ਹੋਵਾਂਗੇ ਨਾਲ-ਨਾਲ ਟੈਂਸਿਸ ਤੋਂ ਬਾਅਦ ਆਪਾਂ ਨੂੰ ਟਰਾਂਸਲੇਸ਼ਨ ਹੀ ਸਿੱਖਣੀ ਹੁੰਦੀ ਆ ਪਰ ਆਪਾਂ ਇਹ ਨਾਲ-ਨਾਲ ਹੀ ਫੱਟੇ ਚੱਕ ਦਿਆਂਗੇ ਅੱਜ ਆਪਾਂ ਇੱਕ ਟੈਂਸ ਕਰਿਆ ਨਾਲ ਉਹਦੀ ਟਰਾਂਸਲੇਸ਼ਨ ਦੀ ਪ੍ਰੈਕਟਿਸ ਵੀ ਕਰ ਹੀ ਲਈ ਠੀਕ ਹੈ ਜੀ ਤੀਜੇ ਨੰਬਰ ਤੇ ਆ ਜਾਂਦਾ ਆਪਾਂ ਹੁਣ ਟੈਂਸਸ ਸਿੱਖ ਗਏ ਆਪਾਂ ਵਾਕ ਵੀ ਹਨਾ ਆਪਾਂ ਨੂੰ ਟਾਂਚੇ ਜੇ ਕਲੀਅਰ ਹੋ ਗਏ ਉਸ ਤੋਂ ਬਾਅਦ ਸਿੰਪਲ ਸੈਂਟੈਂਸਸ ਕੰਪਲੈਕਸ ਸੈਂਟੈਂਸਸ ਕੰਪਾਊਂਡ ਸੈਂਟੈਂਸਸ ਕੰਡੀਸ਼ਨਲ ਸੈਂਟੈਂਸਸ ਇਹ ਬੜੇ ਇੰਪੋਰਟੈਂਟ ਨੇ ਇਹ ਸਾਰੇ ਆਪਾਂ ਦੇਖ ਲੈਣੇ ਆ ਵੀ ਇਹਨਾਂ ਦਾ ਟਾਂਚਾ ਕਿਵੇਂ ਹੁੰਦਾ ਕਿਵੇਂ ਇਹ ਬਣਦੇ ਨੇ ਕਿਵੇਂ ਇਹ ਜੋੜੇ ਜਾਂਦੇ ਨੇ ਕੰਡੀਸ਼ਨਲ ਕੀ ਹੁੰਦੇ ਨੇ ਕੰਪਲੈਕਸ ਕੰਪਾਊਂਡ ਕੀ ਹੁੰਦੇ ਨੇ ਇਹਨਾਂ ਨੂੰ ਕਿਵੇਂ ਆਪਾਂ ਬਣਾਉਣਾ ਉਹ ਸਾਰਾ ਸਿੱਖ ਲਿਓ ਠੀਕ ਹੈ ਜੀ ਤੀਜਾ ਹੋ ਗਿਆ ਉਸ ਤੋਂ ਬਾਅਦ ਆਪਾਂ ਅਗੇ ਚੌਥੇ ਤੇ ਆਪਾਂ ਕਰਨੇ ਆ ਮੋਡਲਸ ਜਿਹੜੇ ਆਪਣੇ ਕੋਲ ਹਨ ਕੈਨ ਕੋਡ ਸ਼ੁੱਡ ਮੇ ਮਾਈਟ ਹੁੰਦੇ ਨੇ ਉਹ ਸਾਰੇ ਆਪਾਂ ਡਿਟਰਮਿਨਰਸ ਵੀ ਕਰਨੇ ਆ ਤੇ ਡਿਟਰਮਿਨਰਸ ਦਾ ਇੱਕ ਇੰਪੋਰਟੈਂਟ ਹਿੱਸਾ ਨੇ ਇੱਕ ਇੰਪੋਰਟੈਂਟ ਪਾਰਟ ਨੇ ਇਹ ਡਿਟਰਮਿਨਰਸ ਦਾ ਹੀ ਪਾਰਟ ਨੇ ਆਰਟੀਕਲਸ ਇਹ ਜਰੂਰ ਕਰਨੇ ਨੇ ਆਪਾਂ ਨੂੰ ਪਤਾ ਨਾ ਏ ਐਨ ਦਾ ਇਹ ਆਪਾਂ ਪੂਰੇ ਚੰਗੀ ਤਰ੍ਹਾਂ ਕਰ ਲੈਣੇ ਨੇ ਡਿਟਰਮਿਨਰਸ ਦਾ ਹੀ ਹਿੱਸਾ ਨੇ ਇਹ ਇੱਕ ਠੀਕ ਹੈ ਜੀ ਆਰਟੀਕਲਸ ਪੂਰੇ ਵਧੀਆ ਆਪਾਂ ਕਰ ਲਏ ਇਹ ਤਿੰਨਾਂ ਦੀ ਵਰਤੋਂ ਕਿੱਥੇ ਕਿੱਥੇ ਕਰਨੀ ਆ ਉਹ ਆਪਾਂ ਕਰ ਲਈ ਇਹ ਵੀ ਹੋ ਗਿਆ ਸਟੈਪ ਆਪਣੇ ਕੋਲੇ ਉਸ ਤੋਂ ਬਾਅਦ ਆ ਗਿਆ ਆਪਣੇ ਕੋਲੇ ਅਗਲਾ ਸਟੈਪ ਪੰਜਵਾਂ ਜੀ ਰੰਜ਼ ਕਰ ਲੋ ਇਨਫਿਨਿਟਿਵਜ਼ ਕਰ ਲੋ ਤੇ ਪਾਰਟਿਸਪਲਜ਼ ਕਰ ਲੋ ਇਹਨਾਂ ਨੂੰ ਵੀ ਕਲੀਅਰ ਕਰ ਲੋ ਵੀ ਇਹ ਕੀ ਹੁੰਦੇ ਨੇ ਕਿਵੇਂ ਇਹਨਾਂ ਨੂੰ ਵਰਤਿਆ ਜਾਂਦਾ ਵਾਕ 'ਚ ਵਰਤੋਂ ਵੀ ਸਿੱਖ ਲੈਣੀ ਆ ਠੀਕ ਹੈ ਜੀ ਹੋ ਗਿਆ ਛੀਵੇਂ ਨੰਬਰ ਤੇ ਆ ਗਿਆ ਆਪਣੇ ਕੋਲੇ ਐਕਟਿਵ ਪੈਸਿਵ ਵਾਇਸ ਐਕਟਿਵ ਤਾਂ ਸਾਨੂੰ ਪਤਾ ਹੀ ਆਣਾ ਅਸੀਂ ਆਮ ਵਾਕ ਜਿਹੜੇ ਬਣਾਈ ਜਾਂਦੇ ਆ ਪੈਸਿਵ ਵਾਇਸ ਪੂਰਾ ਚੰਗੀ ਤਰ੍ਹਾਂ ਸਿੱਖ ਲਓ ਵੀ ਵਾਕ ਕਿਵੇਂ ਜੇ ਲਿਖਿਆ ਹੁੰਦਾ ਤਾਂ ਕਿ ਅਸੀਂ ਉਲਝੀਏ ਨਾ ਐਕਟਿਵ ਤੇ ਪੈਸਿਵ ਵਾਇਸ ਚ ਇਹ ਟੌਪਿਕ ਵੀ ਸਾਡਾ ਕਲੀਅਰ ਹੋਵੇ ਤੇ ਜਦੋਂ ਆਇਆਸ ਚ ਰਾਈਟਿੰਗ ਵੇਲੇ ਅਸੀਂ ਵਾਕ ਬਣਾ ਰਹੇ ਹੋਵਾਂਗੇ ਸਾਨੂੰ ਕੋਈ ਦਿੱਕਤ ਨਾ ਆਵੇ ਸਾਡੇ ਕੋਲੇ ਢਾਂਚਾ ਸਾਰਾ ਕਲੀਅਰ ਹੋਵੇ ਅਸੀਂ ਉਲਝੀਏ ਨਾ ਵਾਕ ਬਣਾਉਣ ਵੇਲੇ ਉਸ ਤੋਂ ਬਾਅਦ 7ਵਾਂ ਆ ਗਿਆ ਆਪਣੇ ਕੋਲੇ ਨਰੇਸ਼ਨ ਨਰੇਸ਼ਨ ਵੀ ਕਰ ਲੈਣਾ ਆਪਾਂ ਕਿਉਂਕਿ ਜਦੋਂ ਆਪਾਂ ਕੋਈ ਇਹੋ ਜਿਹਾ ਵਾਕ ਲਿਖਣਾ ਹੁੰਦਾ ਜਾਂ ਬੋਲਣਾ ਹੁੰਦਾ ਉੱਥੇ ਆਪਾਂ ਗਲਤੀ ਨਾ ਕਰੀਏ ਠੀਕ ਹੈ ਜੀ ਇਸ ਕਰਕੇ ਆਪਣੇ ਵਾਸਤੇ ਇਹ ਟਾਪਿਕ ਵੀ ਬਹੁਤ ਜ਼ਰੂਰੀ ਹੈ ਜਦੋਂ ਆਪਾਂ ਕਹਿੰਦੇ ਨੇ ਹੀ ਸੈਡ ਥੈਟ ਹਨਾ ਹੀ ਸੇਜ਼ ਥੈਟ ਜਦੋਂ ਆਪਾਂ ਕੁਝ ਵੀ ਇਹੋ ਜਿਹਾ ਵਾਕ ਬੋਲਦੇ ਆ ਉੱਥੇ ਅੱਗੇ ਆਪਾਂ ਨੂੰ ਨਰੇਸ਼ਨ ਦੀ ਲੋੜ ਪੈਂਦੀ ਆ ਡਾਇਰੈਕਟ ਐਂਡ ਇਨਡਾਇਰੈਕਟ ਸਪੀਚ ਰਿਪੋਰਟਡ ਸਪੀਚ ਆਪਾਂ ਕਰਦੇ ਹੁੰਨੇ ਆ ਨਾ ਉਹ ਸਾਰੇ ਇਹਦੇ ਚ ਹੀ ਆ ਜਾਂਦੇ ਨੇ ਇਸ ਕਰਕੇ ਆਪਾਂ ਨਰੇਸ਼ਨ ਵੀ ਕਰ ਲੈਣਾ ਤੇ ਇੱਕ ਖੜੇ ਖੜੇ ਦੇ ਅੱਠਵਾਂ ਮੇਰੇ ਹੋਰ ਧਿਆਨ ਚ ਆ ਗਿਆ ਜਿਹੜਾ ਬੜਾ ਜ਼ਰੂਰੀ ਆ ਉਹ ਵੀ ਅਸੀਂ ਟੌਪਿਕ ਜ਼ਰੂਰ ਕਰਨਾ ਉਹ ਆ ਸਾਡੇ ਕੋਲੇ ਸਬਜੈਕਟ ਵਰਬ ਐਗਰੀਮੈਂਟ ਠੀਕ ਹੈ ਜੀ ਇਹ ਜ਼ਰੂਰ ਕਰ ਲਿਓ ਇਹਦਾ ਮਤਲਬ ਹੁੰਦਾ ਜਦੋਂ ਅਸੀਂ ਵਾਕ ਬਣਾਉਣੇ ਆ ਉਦੋਂ ਸਬਜੈਕਟ ਤੇ ਵਰਬ ਦਾ ਆਪਾਂ ਨੂੰ ਪਤਾ ਵਾਕ 'ਚ ਇੱਕ ਸਬਜੈਕਟ ਹੁੰਦਾ ਇੱਕ ਵਰਬ ਹੁੰਦਾ ਉਹਨਾਂ ਦੋਨਾਂ ਦਾ ਐਗਰੀਮੈਂਟ ਮਤਲਬ ਸਮਝੌਤਾ ਹੋਣਾ ਬਹੁਤ ਜ਼ਰੂਰੀ ਆ ਜੇ ਆਪਣੇ ਕੋਲੇ ਸਿੰਗੂਲਰ ਸਬਜੈਕਟ ਆ ਤਾਂ ਵਰਬ ਕਿਵੇਂ ਲਾਉਣਾ ਜੇ ਪਲੂਰਲ ਆ ਤਾਂ ਕਿਵੇਂ ਲਾਉਣਾ ਇਹਨਾਂ ਦਾ ਸਮਝਾਉਤਾ ਕਿਵੇਂ ਕਰਾਉਣਾ ਉਹ ਆਪਾਂ ਸਾਰਾ ਸਿੱਖ ਲੈਣਾ ਪੂਰੀ ਚੰਗੀ ਤਰ੍ਹਾਂ ਤਾਂ ਕਿ ਸਾਨੂੰ ਕੋਈ ਦਿੱਕਤ ਨਾ ਆਵੇ ਜਦੋਂ ਅਸੀਂ ਵਾਕ ਲਿਖਾਂਗੇ ਜਾਂ ਬੋਲਾਂਗੇ ਠੀਕ ਹੈ ਜੀ ਲਓ ਜੀ ਇਹ ਹੋ ਗਏ ਆਪਣੇ ਅੱਠੇ ਟੌਪਿਕਸ ਤੇ ਹੁਣ ਅਗਲਾ ਸਵਾਲ ਜਿਹੜਾ ਤੁਹਾਡੇ ਮਨ 'ਚ ਆ ਰਿਹਾ ਹੋਣਾ ਉਹ ਇਹ ਆ ਵੀ ਇਹ ਤਾਂ ਚਲੋ ਸਾਨੂੰ ਪਤਾ ਲੱਗ ਗਏ ਹੁਣ ਅਸੀਂ ਇਹਨਾਂ ਨੂੰ ਸਿੱਖੀਏ ਕਿੱਥੋਂ ਪੜ੍ਹੀਏ ਕਿੱਥੋਂ ਇਨਾਂ ਨੂੰ ਪੜਨ ਲਈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਇਹ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਆਪਾਂ ਇਹ ਸਾਰਿਆਂ ਦੀਆਂ ਵੀਡੀਓਜ਼ ਚੈਨਲ ਤੇ ਪਹਿਲਾਂ ਹੀ ਅਪਲੋਡ ਕਰੀਆਂ ਹੋਈਆਂ ਤੁਸੀਂ ਕਰਨਾ ਕੁਝ ਨਹੀਂ ਬੜਾ ਸਿੰਪਲ ਜਿਹਾ ਤਰੀਕਾ ਹੁਣ ਪਹਿਲਾ ਟੌਪਿਕ ਹਨ ਤੁਸੀਂ ਇਹ ਸ਼ੁਰੂ ਕਰਿਆ ਪਾਰਟਸ ਆਫ ਸਪੀਚ ਪਿੱਛੇ ਇਹ ਲਿਖ ਦਿਓ ਜੁਗਲੂ ਐਜੂਕੇਸ਼ਨ ਲਓ ਜੀ ਲਿਖ ਕੇ YouTube ਤੇ ਸਰਚ ਕਰਿਓ ਪਾਰਟਸ ਆਫ स्पीच 8 ਹੁੰਦੇ ਨੇ ਆਪਣੀਆਂ ਸਾਰੀਆਂ ਵੀਡੀਓਜ਼ ਆ ਜਾਣਗੀਆਂ ਨਹੀਂ ਤਾਂ ਤੁਸੀਂ ਪਲੇਲਿਸਟ ਚ ਜਾ ਕੇ ਜਿਹੜੀ ਪਾਰਟਸ ਆਫ स्पीच ਵਾਲੀ ਪਲੇਲਿਸਟ ਆ ਉਹ ਖੋਲ ਲਿਓ ਤੁਹਾਡੇ ਕੋਲੇ ਆ ਜਾਣੀ ਆ ਉਹ ਚੋਂ ਦੇਖ ਲਿਓ ਸਾਰੇ ਐਂ ਹੀ ਆਪਾਂ ਕਰਨਾ ਟੈਂਸਸ ਜੁਗਲੂ ਐਜੂਕੇਸ਼ਨ 12 ਟੈਂਸਸ ਨੇ ਇਹਨਾਂ ਦੀ ਵੀ ਪਲੇਲਿਸਟ ਬਣਾਈ ਹੋਈ ਆ ਤੁਸੀਂ ਸਰਚ ਕਰ ਲਿਓ ਉਹ ਤੋਂ ਬਾਅਦ ਸਿੰਪਲ ਕੰਪਲੈਕਸ ਕੰਪਾਊਂਡ ਸੈਂਟੈਂਸਸ ਜੁਗਲੂ ਐਜੂਕੇਸ਼ਨ ਸਰਚ ਕਰਿਓ ਕੰਡੀਸ਼ਨਲ ਤੇ ਪੜ੍ਹ ਵੀਡੀਓ ਬਣਾਈ ਹੋਈ ਆ ਉਹ ਆਡਾ ਲਿਖ ਦਿਓ ਕੰਡੀਸ਼ਨਲ ਸੈਂਟੈਂਸਸ ਜੁਗਲੂ ਐਜੂਕੇਸ਼ਨ ਠੀਕ ਹੈ ਜੀ ਇਹ ਵੀ ਹੋ ਗਿਆ ਮਾਡਲਸ ਦੇ ਵੀ ਬਣਾਈ ਹੋਈ ਆ ਡਿਟਰਮੀਨਰਸ ਆਰਟੀਕਲ ਦੇ ਸਾਰੇ ਸਾਨੂੰ ਮਿਲ ਜਾਣਗੇ ਇਸੇ ਤਰ੍ਹਾਂ ਹੀ ਇੱਕ ਇੱਕ ਟਾਪਿਕ ਲਈ ਚੱਲਿਓ ਜਿਵੇਂ ਜੀਰੰਸ ਨਾਲ ਲਿਖਦੇ ਹੋ ਜੁਗਲੋ ਐਜੂਕੇਸ਼ਨ ਇਨਫਿਨਿਟਿਵਸ ਜੁਗਲੋ ਐਜੂਕੇਸ਼ਨ ਪਾਰਟਿਸਪਲ ਜੁਗਲ ਐਜੂਕੇਸ਼ਨ ਆਪਾਂ ਅਜੇ ਵੀ ਵੀਡੀਓ ਬਣਾਈ ਹੋਈ ਆ ਸਬਜੈਕਟ ਆਵ ਐਗਰੀਮੈਂਟ ਨਾਲ ਲਿਖ ਦਿਓ ਜੁਗਲ ਐਜੂਕੇਸ਼ਨ ਆਪਣੀ ਵੀਡੀਓ ਪਹਿਲੇ ਨੰਬਰ ਤੇ ਆਜੂ ਤੇ ਉਹ ਖੋਲ ਕੇ ਤੁਸੀਂ ਦੇਖ ਲਿਓ ਜੇ ਤੁਹਾਡੇ ਮਨ ਚ ਕੋਈ ਸਵਾਲ ਹੋਇਆ ਕੋਈ ਕਨਫਿਊਜ਼ਨ ਜਾਂ ਡਾਊਟ ਹੋਇਆ ਤਾਂ ਉਹ ਵੀਡੀਓ ਥੱਲੇ ਕਮੈਂਟ ਕਰ ਦਿਓ ਆਪਾਂ ਉਹਦਾ ਵੀ ਹੱਲ ਕਰ ਦਾਂਗੇ ਠੀਕ ਹੈ ਜੀ ਓਮੀ ਆਪਾਂ ਨਰੇਸ਼ਨ ਤੇ ਐਕਟਿਵ ਪੈਸਿਵ ਤੇ ਸਾਰੇ ਟੌਪਿਕਸ ਤੇ ਆਪਾਂ ਵੀਡੀਓਜ਼ ਬਣਾਈਆਂ ਹੋਈਆਂ ਨੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਆਰਾਮ ਨਾਲ ਸ਼ੁਰੂ ਕਰੋ ਇੱਕ ਇੱਕ ਕਰਕੇ ਜਿੰਨਾ ਕ ਤੁਹਾਨੂੰ ਠੀਕ ਲੱਗਦਾ ਕਰੀ ਜਾਇਓ ਤੇ ਇੱਕ ਜ਼ਰੂਰੀ ਗੱਲ ਇਹ ਆ ਕੱਲੀ ਵੀਡੀਓ ਦੇਖ ਕੇ ਨਾ ਛੱਡ ਦਿਓ ਪਹਿਲਾ ਕੰਮ ਦਾ ਤੁਸੀਂ ਨਾਲ ਇੱਕ ਰਜਿਸਟਰ ਲੈ ਕੇ ਉਹਤੇ ਨੋਟਸ ਬਣਾਉਣੇ ਨੇ ਜਦੋਂ ਨੋਟਸ ਬਣ ਗਏ ਉਸ ਤੋਂ ਬਾਅਦ ਤੁਸੀਂ ਪ੍ਰੈਕਟਿਸ ਵੀ ਕਰਨੀ ਆ ਦੋ ਕੰਮ ਇਹ ਜ਼ਰੂਰ ਕਰਨੇ ਨੇ ਸਾਹਮਣੇ ਹੈ ਨਾ ਆਪਾਂ ਫੋਨ ਰੱਖ ਕੇ ਵੀਡੀਓ ਦੇਖ ਰਹੇ ਆ ਅਸੀਂ ਜੋ ਉਹ ਤੋਂ ਸਿੱਖਿਆ ਫਿਰ ਉਹ ਅਸੀਂ ਆਪਦੇ ਰਜਿਸਟਰ ਤੇ ਲਿਖ ਲੈਣਾ ਆਪਦੇ ਨੋਟਸ ਬਣਾ ਲੈਣੇ ਨੇ ਬਹੁਤ ਵਧੀਆ ਇੱਕ ਰਜਿਸਟਰ ਬਣ ਜਾਊਗਾ ਤੇ ਫਿਰ ਆਪਾਂ ਆਪ ਵੀ ਪ੍ਰੈਕਟਿਸ ਕਰਨੀ ਆ ਹੁਣ ਜਦੋਂ ਇਹ ਰਜਿਸਟਰ ਬਣ ਗਿਆ ਅਸੀਂ ਕਦੋਂ ਮਰਜ਼ੀ ਆਪਣਾ ਰਜਿਸਟਰ ਪਿੱਛੇ ਜਾ ਕੇ ਖੋਲ ਕੇ ਦੇਖ ਲਈਏ ਵੀ ਅੱਜ ਮੈਂ ਆ ਪੜਿਆ ਸੀ ਐਸ ਦਿਨ ਮੈਂ ਆ ਪੜਿਆ ਸੀ ਹਾਂ ਮੇਰੇ ਨੋਟਸ ਬਣੇ ਹੋਇਆ ਮੈਨੂੰ ਸਾਰਾ ਕਲੀਅਰ ਹੋ ਗਿਆ ਮਤਲਬ ਰਿਵੀਜ਼ਨ ਵਾਸਤੇ ਬਹੁਤ ਵਧੀਆ ਆਪਣੇ ਕੋਲੇ ਇੱਕ ਰਜਿਸਟਰ ਤਿਆਰ ਹੋ ਜਾਣਾ ਇਹ ਸਾਰੇ ਟੌਪਿਕਸ ਦਾ ਇੰਝ ਕਰਨਾ ਨਾਲ ਮਿਹਨਤ ਕਰਨੀ ਆ ਜੇ ਇਕੱਲੀ ਵੀਡੀਓ ਦੇਖ ਕੇ ਛੱਡ ਦਾਂਗੇ ਉਹ 2-4 ਦਿਨਾਂ ਨੂੰ ਆਪਾਂ ਨੂੰ ਦੁਬਾਰੇ ਫੇਰ ਵੀਡੀਓ ਦੇਖਣੀ ਪਊ ਆਪਾਂ ਨੂੰ ਲੱਗੂ ਵੀ ਦਿਮਾਗ 'ਚੋਂ ਸਕਿੱਪ ਜਾ ਹੋ ਗਿਆ ਇਸ ਕਰਕੇ ਪ੍ਰੈਕਟਿਸ ਬਹੁਤ ਜ਼ਰੂਰੀ ਆ ਤਾਂ ਕਿ ਸਾਡੇ ਦਿਮਾਗ 'ਚ ਸੇਵ ਹੋ ਜਾਣ ਉਮੀਦ ਕਰਦੇ ਆ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਇਹ ਜਿਹੜਾ ਵੱਡਾ ਸਾਰਾ ਸਵਾਲ ਜਾਂ ਤੁਹਾਡੇ ਦਿਮਾਗ 'ਚ ਘੁੰਮਦਾ ਫਿਰਦਾ ਸੀ ਉਹਦਾ ਤੁਹਾਨੂੰ ਉੱਤਰ ਮਿਲ ਗਿਆ ਹੋਊਗਾ ਜੇ ਫੇਰ ਵੀ ਤੁਹਾਡੇ ਮਨ 'ਚ ਕੋਈ ਹੋਰ ਇਹੋ ਜਿਹਾ ਸਵਾਲ ਆ ਤਾਂ ਉਹ ਵੀ ਜਰੂਰ ਦੱਸੋ ਆਪਾਂ ਉਹਦਾ ਵੀ ਹੱਲ ਕਰਾਂਗੇ ਤੇ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ